ਗੁਰੂ ਬਾਬਾ ਜੀ ਸਿਆੜ ਸਾਹਿਬ ਵਾਲੇ ਆਪ ਦੇ ਜਨਮ ਦਿਹਾੜੇ ਨੂੰ ਮੱਖ ਰੱਖਦਿਆਂ ਹੋਇਆ ਆਪ ਜੀ ਨੇ ਮਹਾਨ ਬਖਸ਼ਾਂ ਕੀਤੀਆਂ, ਆਪ ਜੀ ਦੇ ਬਖਸ਼ੇ ਪਾਵਨ ਸਥਾਨਾਂ ਦੇ ਉੱਪਰ ਧਾਰਮਿਕ ਦੀਵਾਨਾਂ ਦੀਆਂ ਬਖਸ਼ਾਂ ਕਰਦੇ ਹੋਏ ਅੱਜ ਆਪ ਜੀਆਂ ਨੇ ਆਪ ਜੀ ਦੇ ਆਗੂ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਜੋ ਨਗਰਾਂ ਦੀ ਪਰਿਕਰਮਾ ਕਰਨ ਵਾਸਤੇ ਆਪ ਜੀ ਨੇ ਸੇਵਕਾਂ ਨੂੰ ਉਦਮ ਤੇ ਉਪਰਾਲੇ ਬਖਸ਼ੇ ਨੇ ਪਾਤਸ਼ਾਹ ਜੀਓ। ਇਸ ਵੇਲੇ ਆਪ ਜੀ ਦੀ ਪਾਲਕੀ ਸਾਹਿਬ, ਪੰਜ ਪਿਆਰੇ ਸਾਹਿਬਾਨ, ਆਪ ਜੀ ਦੇ ਜੋ ਵੀ ਆਪ ਦੀ ਸ਼ਾਨ ਦੇ ਵਿੱਚ ਆਪ ਜੀ ਨੇ ਜੋ ਜੋ ਵਾਹਨ ਤਿਆਰ ਕਰਵਾਏ ਨੇ ਇਹ ਆਪ ਜੀ ਨੇ ਕਿਰਪਾ ਕੀਤੀ ਹੈ। ਆਪ ਦੀ ਰਹਿਮਤਾਂ ਬਖਸ਼ਣ ਦਾ ਸਦਕਾ ਪਾਤਸ਼ਾਹ ਜੀਓ ਇਸ ਵੇਲੇ ਸਮੂਹ ਸੰਗਤ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਨੇ, ਆਪ ਜੀ ਕਿਰਪਾ ਕਰੋ ਆਪਣੇ ਸੁਸ਼ੋਭ ਸੁੰਦਰ ਪਾਲਕੀ ਦੇ ਵਿੱਚ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਦੀਦਾਰ ਬਖਸ਼ੋ, ਸੰਗਤਾਂ ਦੇ ਮੇਲ ਭਰਿਆ ਸਕਤੀ ਆਤਰ ਰੱਖੋ, ਸ਼ਹੀਦੀ ਗੁਪਤ ਪਹਿਰਾ ਵਰਤਾ ਕੇ ਆਪ ਜੀਆਂ ਨੇ ਜਿਸ ਤਰ੍ਹਾਂ ਇਹ ਉਦਮ ਬਖਸ਼ਿਆ ਹੈ ਨਗਰ ਕੀਰਤਨ ਦਾ, ਇਸੇ ਤਰ੍ਹਾਂ ਆਪ ਜੀ ਨੇ ਸਮੂਹ ਨਗਰਾਂ ਦੀ ਪਰਿਕਰਮਾ ਕਰਦੇ ਪਾਵਨ ਸਥਾਨਾਂ ਦੇ ਉੱਪਰ ਨਿਰਭਗਤਾ ਸਹਿਤ ਸੰਪੂਰਨਤਾ ਹੀ ਕਰਾਉਣੀ। ਸਾਰੇ ਸੇਵਾਦਾਰਾਂ ਦੇ ਸਾਰੇ ਹੀ ਜੋ ਜੋ ਆਪਣੀ ਸ਼ਾਨ ਦੇ ਵਿੱਚ ਗੱਤਕਾ ਪਾਲਕੀ ਆਈ ਹੈ, ਬੈਂਡ ਆਏ ਨੇ, ਭੰਗੜੇ ਵਾਲੇ ਆਏ ਨੇ, ਸਾਰਿਆਂ ਦੇ ਮੇਲ ਭਰਿਆ ਸਿਰ ਤਿਆਰ ਕੇ ਧਰ ਕੇ ਆਪ ਜੀ ਨੇ ਸੇਵਾ ਲੈਣੀ। ਆਪ ਜੀ ਕਿਰਪਾ ਕਰੋ, ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ। ਹੁਣ ਆਪ ਜੀ ਆਪਣੇ ਸੁੰਦਰ ਪਾਲਕੀ ਵਿੱਚ ਵਿਰਾਜਮਾਨ ਪ੍ਰਕਾਸ਼ਮਾਨ ਹੋ ਕੇ ਦੀਦਾਰ ਬਖਸ਼ੋ, ਆਗਿਆ ਬਖਸ਼ੋ। ਧੰਨ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
वाहे गुरु
ਆਪਣੇ ਕੋਲੇ ਦੀਦਾਰ ਬਖਸ਼ ਰਹੇ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਦਾਰ ਬਖਸ਼ਦੇ ਨੇ, ਉੱਥੇ ਨਾਲ ਹੀ ਸ਼੍ਰੀ ਮਾਨ ਸਿੰਘ ਬਾਬਾ ਅਵਤਾਰ ਸਿੰਘ ਜੀ ਧੂਲਕੁੱਟ ਵਾਲੇ, ਜੋ ਕਿ ਦਿਲ ਦੀਆਂ ਗਹਿਰਾਈਆਂ ਚੋਂ ਦਾਸ ਨੂੰ ਪਿਆਰ ਬਖਸ਼ਣਾ, ਆਪਣੇ ਬੱਚੇ ਨੂੰ ਪਿਆਰ ਦੇਣ ਵਾਸਤੇ ਆਏ ਨੇ, ਨਾਲ ਹੀ ਸਵਾਮੀ ਦਸੇਵਾਨੰਦ ਜੀ ਕੁਟੀਆ ਰੰਗੀਰ ਵਾਲੇ, ਸੰਤ ਬਾਬਾ ਜਗਜੀਤ ਸਿੰਘ ਜੀ ਕਾਤਰੋਂ ਵਾਲੇ, ਸਵਾਮੀ ਸੋਮਦਾਸ ਜੀ ਪਹੀੜ ਵਾਲੇ, ਦੇਖੋ ਕਿਤਨੇ ਮਹਾਂਪੁਰਖਾਂ ਨੇ ਆਪਾਂ ਜੀ ਨੂੰ ਦੀਦਾਰ ਬਖਸ਼ੇ ਨੇ। ਸੋ ਮੈਂ ਬੇਨਤੀ ਕਰਾਂ, ਭਾਈ ਪ੍ਰਬੰਧਕ ਢਿੱਲੇ ਕਰਦੇ ਹੋ, ਬਾਜਾ ਚੱਕ ਲਿਓ, ਕੀ ਕਰਦੇ ਹੋ? ਮਹਾਂਪੁਰ ਕਹਿਣਗੇ ਆਓ ਹੁਣ ਧਾਰਨਾ ਭਾਵ ਕੇ ਸਮਾਪਤੀ ਕਰਾਂਗੇ, ਫਿਰ ਸੇਵਾਦਾਰਾਂ ਨੂੰ ਬੇਨਤੀ ਹੈ ਜਲ ਪਾਣੀ ਭਾਈ ਵਰਤਾਇਓ। ਇਹ ਨਾ ਕਿ ਅਸੀਂ ਭੱਜਣਾ, ਨਹੀਂ, ਅਸੀਂ ਜਲ ਪਾਣੀ ਤੁਹਾਡਾ ਛੱਕ ਕੇ ਸਾਰਿਆਂ ਨੇ ਪਿਆਰ ਦੇ ਨਾਲ ਫਿਰ ਮਹਾਂਤਨ ਦੁਆਰਾ ਸਾਨੂੰ ਨਿਹਾਲ ਕਰਨ ਜਾ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ। ਸ਼੍ਰੀ ਰਾਏਗੜ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਸ਼੍ਰੀ ਗੁਰੂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਵਿੱਚ ਮਰਾਂ ਸ਼ਰਧਾ ਮੌਜ ਜੀਵ ਮਰਾਂ ਜਾਮਾ ਬਲਿਹਾਰ ਮੈਂ। ਸ਼੍ਰੀ ਰਾਏਗੜ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਸ਼੍ਰੀ ਗੁਰੂ ਦਸਵੇਂ ਪਾਤਸ਼ਾਹ, ਗੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ, ਗੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ, ਦੱਸੋ ਹੋਰ ਕੌਣ ਹੈਗਾ ਦਸਮੇਸ਼ ਜਿਹਾ ਜਹਾਨੀਆਂ ਵਿੱਚੋਂ ਬਲੀ ਪੂਰਾ, ਯੋਧਾ ਵਿੱਚੋਂ ਯੋਧਾ ਸੂਰਾ, ਬਲੀਆਂ ਵਿੱਚੋਂ ਬਲੀ ਪੂਰਾ, ਯੋਧਾ ਵਿੱਚੋਂ ਯੋਧਾ ਸੂਰਾ,
ਕਵੀਆਂ ਵਿੱਚੋਂ ਕਵੀ ਅਤੇ ਗੁਰੂ ਹੈ ਗਿਆਨ ਵਿੱਚ ਗੁਰੂ ਗਰੀ ਬਨਵਾ ਜੋਤ ਨਰੰਜਨੀ ਆ ਗਈ ਦਰਸ਼ਨ ਕਰ ਲੋ ਭਾਗਾਂ ਵਾਲਿਓ ਜੋਤ ਨਰੰਜਨੀ ਆ ਗਈ ਦਰਸ਼ਨ ਕਰ ਲੋ ਕਰਮਾਂ ਵਾਲਿਓ ਦਰਸ਼ਨ ਕਰ ਲੋ ਕਰਮਾ ਓ ਕਰ ਲੋ ਕਰਮਾ ਵਾਲਿਓ ਦਰਸ਼ਨ ਕਰ ਲੋ ਭਾਗਾਂ ਵਾਲਿਓ ਕਰ ਲੋ ਕਰਮਾ ਵਾਲਿਓ ਦਰਸ਼ਨ ਕਰ ਵਾਹਿਗੁਰੂ
ਆਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਿਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹੇ ਨਸ਼ਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹੇ ਨਸ਼ਾ ਗੁਰੂ ਗੋਬਿੰਦ ਸਿੰਘ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ਵਰ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ਵਰ ਪਿਤਾ ਦਸ਼ਮੇਸ਼ਵਰ ਦਾ ਸੰਗ ਤੇ ਗੁਰੂ ਦਸ਼ਮੇਸ਼ਵਰ ਦਾ ਪਿਤਾ